ਵਟਸਐਪ ਜੀ, ਕਿਵੇਂ ਹੋ, ਕੀ ਹਾਲ ਚਾਲ? ਆ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ। ਹੁਣੇ ਹੁਣੇ ਕਾਫ਼ੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਆ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਰੀਸੈਂਟਲੀ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੀ ਪ੍ਰੀ ਵੈਡਿੰਗ ਸੈਰਮਨੀ ਕਾਫ਼ੀ ਸੁਰਖੀਆਂ ਦੇ ਵਿੱਚ ਰਹੀ ਸੀ। ਸਾਰਾ ਇੰਸਟਾਗ੍ਰਾਮ ਹੀ ਭਰਤਾ ਸੀ ਪਤੰਦਰਾਂ ਦੀ ਪ੍ਰੀ ਵੈਡਿੰਗ ਨੇ। ਸੋ ਉਦੋਂ ਮੁੜ ਕੇ ਇਹਨਾਂ ਦੀ ਇੱਕ ਹੋਰ ਪ੍ਰੀ ਵੈਡਿੰਗ ਹੋਈ ਸੀ, ਜੋ ਕਿ ਪਿੱਛੇ ਜੋ ਹੋਈ ਸੀ ਯਾਟ ਦੇ ਵਿੱਚ। ਉਸ ਤੋਂ ਬਾਅਦ ਹੁਣ ਇਹਨਾਂ ਦੀ ਸੰਗੀਤ ਸੈਰਮਨੀ ਹੋਣ ਜਾ ਰਹੀ ਹੈ ਜੀ। ਹੁਣ ਤੁਸੀਂ ਸੋਚੋਗੇ ਕਿ ਯਾਰ ਇਹ ਤਾਂ ਕਰਨ ਔਜਲੇ ਦੇ ਗਾਣਿਆਂ ਦੀ ਅਪਡੇਟ ਦਿੰਦਾ, ਇਹ ਤਾਂ ਗਾਣੇ ਗੁਣੇ ਦੀ ਅਪਡੇਟ ਦਿੰਦਾ, ਇਹ ਕਿੱਧਰ ਉਹਨਾਂ ਦੇ ਵਿਆਹ ਦੀ ਅਪਡੇਟ ਦੇ ਰਿਹਾ। ਬਸ ਸਹੀ ਹੈ, ਜਿਹੜੀ ਇਹਨਾਂ ਦੀ ਸੰਗੀਤ ਸੈਰਮਨੀ ਹੋਣ ਜਾ ਰਹੀ ਹੈ ਜੀ। ਲੇਡੀ ਸੰਗੀਤ ਜਿਹਨੂੰ ਬੇਸਿਕਲੀ ਆਪਣੀ ਭਾਸ਼ਾ ਦੇ ਵਿੱਚ ਕਹਿੰਦੇ, ਉੱਥੇ ਪਰਫੋਰਮ ਕਰਨ ਜਾ ਰਹੀ ਹੈ ਜੀ ਰੈਪਰ ਬਾਦਸ਼ਾਹ ਐਂਡ ਆਪਣਾ ਕਰਨ ਔਜਲਾ। ਰਾਤ ਹੀ ਵੈਸੇ ਤਾਂ ਮੈਨੂੰ ਅਪਡੇਟ ਪਤਾ ਚੱਲ ਗਈ ਸੀ, ਕਾਫੀ ਸਾਰੇ ਆਰਟੀਕਲ ਇਸ ਚੀਜ਼ ਤੇ ਛਾਪ ਰਹੇ ਆ ਕਿ ਕਰਨ ਔਜਲਾ ਤੇ ਬਾਦਸ਼ਾਹ ਪਰਫਾਰਮ ਕਰਨ ਜਾ ਰਿਹਾ ਜੀ ਇਹਨੇ ਸੰਗੀਤ ਸੈਰਮਨੀ ਤੇ। ਸੋ ਮੈਂ ਸੋਚਿਆ ਕਿ ਯਾਰ ਟੀਮ ਵੱਲੋਂ ਕਨਫਰਮ ਕੀਤਾ ਜਾਵੇ ਕਿ ਸੱਚੀ ਪਰਫਾਰਮ ਕਰਨ ਜਾ ਰਿਹਾ, ਕਿਤੇ ਆਪਾਂ ਵੀਡੀਓ ਪਾ ਦਈਏ, ਹਨਾ, ਕਈ ਰਿਊਮਰਸ ਫੈਲ ਜਾਂਦੇ ਆ। ਬਟ ਹਾਂ, 100% ਸ਼ੋਰ ਹੋ ਚੁੱਕਿਆ ਕਿ ਸੱਚੀ ਪਰਫਾਰਮ ਕਰਨ ਜਾ ਰਹੇ ਆ। ਸੋ ਇਹਨਾਂ ਦੀ ਪ੍ਰੀ ਵੈਡਿੰਗ ਸੈਰਮਨੀ ਕਿੰਨੀਆਂ ਸੁਰਖੀਆਂ ਦੇ ਵਿੱਚ ਰਹੀ ਸੀ ਯਾਰ, ਜਦੋਂ ਰਿਹਾਨਾ ਨੇ ਪਰਫਾਰਮ ਕੀਤਾ ਸੀ, ਸਪੈਸ਼ਲੀ ਜਦੋਂ ਦਲਜੀਤ ਦੋਸਾਂਝ ਬਾਈ ਪਰਫਾਰਮ ਕਰਕੇ ਆਇਆ ਸੀ ਤੇ ਕੀ ਗਾਹ ਪਿਆ ਸੀ ਉੱਥੇ। ਸੋ ਹੁਣ ਦੇਖਣਾ ਕਿ ਬਾਦਸ਼ਾਹ ਤੇ ਕਰਨ ਔਜਲਾ ਕੀ ਰੰਗ ਬੰਨਦੇ ਆ, ਕਿਉਂਕਿ ਉਸੇ ਦਿਨ ਹੋਰ ਵੀ ਇੱਕ ਦੋ ਕਾਫੀ ਅਮੈਰੀਕਨ ਸਿੰਗਰਸ ਵੀ ਪਰਫਾਰਮ ਕਰ ਰਿਹਾ। ਐਂਡ ਰਿਊਮਰਸ ਇਹ ਵੀ ਉੱਡ ਰਿਹਾ ਕਿ ਜਸਟਿਨ ਬੀਬਰ ਵੀ ਮੇ ਬੀ ਵਿਆਹ ਤੇ, ਜੋ ਕਿ 12 ਜੁਲਾਈ ਨੂੰ ਹੋਣ ਜਾ ਰਿਹਾ, ਪਰਫਾਰਮ ਕਰਨ ਜਾ ਰਿਹਾ, ਜਾਂ ਮੇ ਬੀ ਲੇਡੀ ਸੰਗੀਤ ਤੇ ਉਹਨੇ ਪਰਫਾਰਮ ਕਰਨਾ ਹੋਵੇ। ਸੋ ਜਿਹੜਾ ਲੇਡੀ ਸੰਗੀਤ ਆ ਉਹ 5th ਜੁਲਾਈ ਨੂੰ ਮਿਲਦਾ, ਕੱਲ੍ਹ ਨੂੰ ਹੋਣ ਜਾ ਰਿਹਾ। ਸੋ ਹਾਂ, ਆਪਾਂ ਨੂੰ ਐਕਸਕਲੂਸਿਵ ਕਲਿਪਸ ਕਾਫੀ ਦੇਖਣ ਨੂੰ ਮਿਲਣਗੀਆਂ ਜਿੱਥੇ ਕਰਨ ਔਜਲਾ ਬਾਈ ਤੇ ਬਾਦਸ਼ਾਹ ਪਰਫਾਰਮ ਕਰਨਗੇ ਜੀ। ਐਡੀ ਵੱਡੀ ਮੈਰਿਜ ਤੇ ਜਿਹੜੀ ਹੈ ਨਾ, ਮਤਲਬ ਪੂਰੇ ਦੇਸ਼ ਦੀਆਂ ਸੁਰਖੀਆਂ ਬਣੀ ਹੋਈ ਆ ਆਪਣੇ ਆਪ 'ਚ, ਹੈ ਨਾ, ਹੁਣ ਤੱਕ ਦੀ ਸਭ ਤੋਂ ਰਿਚ ਮੈਰਿਜ ਆ, ਉੱਥੇ ਬੰਦਾ ਪਰਫਾਰਮ ਕਰਨ ਜਾ ਰਿਹਾ। ਸੋ ਆਪਣੇ ਆਪ 'ਚ ਕਾਫੀ ਵੱਡੀ ਗੱਲ ਆ। ਹੁਣ ਤੁਸੀਂ ਕਿੰਨੇ ਐਕਸਾਈਟਡ ਹੋ ਕਰਨ ਔਜਲੇ ਬਾਈ ਨੂੰ ਉੱਥੇ ਪਰਫਾਰਮ ਕਰਦਾ ਦੇਖਣ ਲਈ, ਕਮੈਂਟ ਕਰਕੇ ਜ਼ਰੂਰ ਦੱਸਿਓ। ਦੇਖਦੇ ਹਾਂ ਕਿਹੜੇ ਕਿਹੜੇ ਗਾਣੇ ਉੱਥੇ ਪਰਫਾਰਮ ਕਰਦੇ ਆ, ਕੀ ਰੰਗ ਬੰਨਿਆ ਜਾਂਦਾ, ਦੇਖਦੇ ਹਾਂ। ਬ੍ਰਦਰ ਹੋ ਜੀ, ਕੀ ਹਾਲ ਜੇ?